ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਪੰਚਾਇਤੀ ਚੋਣਾਂ, ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨਵੰਬਰ ਦੇ ਪਹਿਲੇ ਹਫ਼ਤੇ ਕਰਵਾਏ ਜਾਣ ਦਾ ਗੈਰ ਰਸਮੀ ਤੌਰ 'ਤੇ ਐਲਾਨ ਹੋ ਚੁੱਕਾ ਹੈ। ਪਰ ਜੇਕਰ ਪੰਜਾਬ ਦੇ ਲੋਕਾਂ, ਖਾਸਕਰ ਪੇਂਡੂ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਚੋਣਾਂ ਲਈ ਨਵੰਬਰ ਦਾ ਪਹਿਲਾ ਹਫ਼ਤਾ ਕਿਸੇ ਵੀ ਪੱਖ ਤੋਂ ਸਹੀ ਨਹੀਂ ਜਾਪਦਾ, ਕਿਉਂਕਿ ਅਕਤੂਬਰ ਅਤੇ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਝੋਨੇ ਦੀ ਕਟਾਈ ਦਾ ਕੰਮ ਚੱਲ ਰਿਹਾ ਹੁੰਦਾ ਅਤੇ ਇਸ ਦੇ ਨਾਲ ਨਾਲ 20 ਨਵੰਬਰ ਤੱਕ ਕਣਕ ਦੀ ਬਿਜਾਈ ਦਾ ਕੰਮ ਸਿਖਰ 'ਤੇ ਹੁੰਦਾ। ਸੋ ਇਸ ਗੱਲ ਨੂੰ ਮੁੱਖ ਮੰਤਰੀ ਹੋਣਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਅੰਤਿਮ ਫੈਸਲਾ ਲੈਣਾ ਚਾਹੀਦਾ। ਦੂਸਰਾ ਸਭ ਤੋਂ ਵੱਡਾ ਮਸਲਾ ਵਾਰਡਬੰਦੀ ਦੇ ਹਿਸਾਬ ਨਾਲ ਮੈਂਬਰਾਂ ਦੀ ਚੋਣ ਹੋਣ ਦਾ, ਜਿਸ ਵਿੱਚ ਜ਼ਿਆਦਾਤਰ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਇਹ ਚੋਣਾਂ ਵਾਰਡਬੰਦੀ ਦੀ ਥਾਂ ਖੁੱਲ੍ਹੇ ਢੰਗ ਨਾਲ ਕਰਵਾਏ ਜਾਣ ਦੀ ਮੰਗ ਕੀਤੀ ਸੀ, ਜਿਸ ਨੂੰ ਮੁੱਖ ਮੰਤਰੀ ਹੋਣਾ ਸੰਵਿਧਾਨਕ ਅੜਚਣਾਂ ਦਾ ਹਵਾਲਾ ਦਿੰਦੇ ਠੁਕਰਾ ਦਿੱਤਾ ਦੱਸਿਆ ਜਾਂਦਾ। ਪਰ ਇਹੀ ਵਾਰਡਬੰਦੀ ਦੇ ਚੁੰਗਲ 'ਚੋਂ ਪੰਜਾਬੀ ਵੋਟਰਾਂ ਅਤੇ ਉਮੀਦਵਾਰਾਂ ਨੂੰ ਛਡਾਉਣਾ ਬਹੁਤ ਜ਼ਰੂਰੀ ਕੰਮ ਹੈ। ਘੱਟ ਤੋਂ ਘੱਟ ਉਹਨਾਂ ਪਿੰਡਾਂ 'ਚ ਵਾਰਡਬੰਦੀ ਖਤਮ ਕਰ ਦੇਣੀ ਚਾਹੀਦੀ ਹੈ ਜਿੱਥੇ ਵੋਟਾਂ ਦੀ ਗਿਣਤੀ ਮੁਸ਼ਕਲ ਨਾਲ 200-300 ਤੋਂ ਲੈ ਕੇ 1000 ਤੱਕ ਹੈ, ਕਿਉਂ ਜੋ ਹਰ ਵਾਰਡ ਦੀਆਂ 60-70 ਵੋਟਾਂ ਹੋਣ ਕਾਰਨ ਉਮੀਦਵਾਰਾਂ ਨੂੰ ਸੌਖੇ ਹੀ ਪਤਾ ਲੱਗ ਜਾਂਦਾ ਕਿ ਕਿਸ ਨੇ ਵੋਟ ਕਿਸ ਨੂੰ ਪਾਈ ਹੈ। ਇਸ ਦੇ ਨਾਲ ਨਾਲ ਲੋਕਾਂ ਵਿੱਚ ਲੜਾਈਆਂ, ਝਗੜੇ, ਇੱਥੋਂ ਤੱਕ ਕਿ ਸਕੇ ਭਰਾਵਾਂ ਦੇ ਵੀ ਆਪਸ ਵਿੱਚ ਵੈਰ ਪੈਂਦੇ ਪਿਛਲੇ ਸਮੇਂ ਦੇ ਦੌਰਾਨ ਵੇਖ ਚੁੱਕੇ ਹਾਂ। ਇਹ ਵਾਰਡਬੰਦੀ ਸਿਸਟਮ ਜੋ ਅਕਾਲੀ ਸਰਕਾਰ ਵੇਲੇ ਹੋਂਦ ਵਿੱਚ ਆਇਆ ਸੀ, ਇਸ ਨੂੰ ਆਪਣੀ ਤਾਕਤ ਦਾ ਇਸਤੇਮਾਲ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾਂ ਨੂੰ ਲਰੰਗਲੇ ਪੰਜਾਬ ਦੇ ਹੱਕ ਵਿੱਚ ਫੈਸਲਾ ਕਰਨਾ ਚਾਹੀਦਾ, ਕਿਉਂਕਿ ਕੁਛ ਪੰਜਾਬੀ ਵਿਦੇਸ਼ ਉਡਾਰੀ ਮਾਰ ਚੁੱਕੇ ਨੇ, ਰਹਿੰਦਾ ਪੰਜਾਬ ਕਰਜ਼ੇ, ਬਿਮਾਰੀ ਅਤੇ ਨਸ਼ਿਆਂ ਦਾ ਚੰਬਿਆ ਹੋਇਆ ਹੈ। ਸੋ ਘੱਟੋ ਘੱਟ ਪੰਜਾਬੀਆਂ ਨੂੰ ਆਪਸੀ ਸਾਂਝ ਨੂੰ ਬਣਾਈ ਰੱਖਣ ਦਾ ਹੱਕ ਤਾਂ ਨਹੀਂ ਖੋਣਾ ਚਾਹੀਦਾ। ਵੈਸੇ ਵੀ ਕਾਨੂੰਨੀ ਪੱਖ ਤੋਂ ਕਿਸੇ ਵੀ ਵੋਟਰ ਦੀ ਗੋਪਨੀਯਤਾ ਦਾ ਸਨਮਾਨ ਬਹਾਲ ਰਹਿਣਾ ਚਾਹੀਦਾ ਹੈ। ਲਰਜੀ ਸੀ ਜਿਵੇਂ ਆਹ ਚੀਜ਼ਾਂ 'ਚ, ਠੀਕ ਹੈ, ਆਹ ਚੀਜ਼ਾਂ 'ਚ ਅਤੇ ਆਹ ਜੋੜਾਂ 'ਚ, ਠੀਕ ਹੈ, ਅਤੇ ਇਹਦੇ ਥੱਲੇ ਗੋਲ ਗੋਲ ਧਾਰੇ 'ਤੇ ਅਤੇ ਉਹਦੇ ਉੱਪਰ ਖਾਜ ਹੁੰਦੀ ਸੀ, ਪਾਣੀ ਛਿੰਮਦਾ ਸੀ, ਲਹੂ ਵਾਲਾ ਕੰਮ ਸੀ, ਠੀਕ ਹੈ, ਜਿਵੇਂ ਪੂਰੀ ਦਿੱਕਤ ਆਉਂਦੀ ਸੀ, ਨੀਂਦ ਨਹੀਂ ਆਉਂਦੀ ਸੀ ਜੀ, ਠੀਕ ਹੈ ਜੀ, ਬੇਚੈਨੀ ਲੱਗੀ ਰਹਿੰਦੀ ਸੀ, ਪੈ ਨਹੀਂ ਛੱਡਦੇ ਤੇ ਅਤੇ ਗਰਮਾਇਸ਼ ਜ਼ਿਆਦਾ ਦੀ। ਉਸ ਤੋਂ ਜੇ ਤੁਹਾਨੂੰ ਵੀ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਕਿਸੇ ਵੀ ਤਰ੍ਹਾਂ ਦੀ ਐਲਰਜੀ ਦੀ ਦਿੱਕਤ ਹੈ ਸਕਿਨ ਦੀ, ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਸਾਡਾ ਪਿੰਡ ਲੋਹਾਰ ਮਾਜਰਾ, ਤਹਿਸੀਲ ਨਾਭਾ, ਡਿਸਟ੍ਰਿਕਟ ਪਟਿਆਲਾ। ਸਾਡੇ ਦਿੱਤੇ ਗਏ ਨੰਬਰ ਦੇ ਉੱਪਰ ਕਾਲ ਕਰਕੇ ਤੁਸੀਂ ਦਵਾਈ ਘਰੇ ਵੀ ਮੰਗਵਾ ਸਕਦੇ ਹੋ ਅਤੇ ਬਹੁਤ ਹੀ ਵਧੀਆ ਰਿਜ਼ਲਟ ਨੇ। ਸਤਿ ਸ਼੍ਰੀ ਅਕਾਲ ਨਿਰਭੈ ਸਿੰਘ। ਸਤਿ ਸ਼੍ਰੀ ਅਕਾਲ ਜੀ।